ਕਹਿ ਰਿਹਾ ਕਿ 6 ਵਜੇ ਤੇ ਖਾਲਸਾ ਮੰਨਣ ਨੂੰ ਤਿਆਰ ਨਹੀਂ ਹੈ। ਉਹ ਕਹਿ ਰਿਹਾ ਤੁਸੀਂ ਸਾਈਡ ਕੋਟ ਰਹੇ ਹੋ ਆਪਣੀ ਟੀਮ ਦੀ। और ये आउट दे दिया अंपायर ने, जुल्फकार आउट होकर वापस जाते हुए। खरामा खरामा मामू अगे आगे तेरी लाइव तस्वीर चलावा। लाइव चला रहे हैं? हाँ जी लाइव चल रही है। मामू मामू मजीद थोड़ा पीछे हो जाए। ਚੰਗਾ ਜਿਹਾ ਮੋਬਾਈਲ ਮੈਂ ਬਾਹਰ ਸੁੱਟ। ਮਾਮੂ ਖਬਰ ਇੰਜ ਨਾ ਯਾਰ ਕਰ। ਮਾਮੂ ਮੈਂ ਇੱਥੇ ਬਹਿ ਲਾ। ਹੈਲਮਟ ਪਾਇਆ ਹੀ ਗਰਾਊਂਡ ਮੇ ਆਪਕਾ ਕਾਮ ਤੇਰਾ ਕਿਧਰ ਕੀ ਹੈ ਜੋ ਕਿ ਲੋਕ ਗਰਾਊਂਡ ਪਰ ਖੜੇ ਹੋਏ। ਇੱਥੇ ਗੁਜ਼ਾਰਿਸ਼ ਹੈ ਫੀਲਡਿੰਗ ਸੇ ਖਾਲਸਾ ਨੇ ਇੱਕ ਬਹੁਤ ਬੜੀ ਕਾਮਯਾਬੀ ਹਾਸਲ ਕੀ ਹੈ। ਆਦਲ ਆਏ ਹੈ, ਖੁਰਮ ਕਸਾਈ ਸੌਰੀ ਖੁਰਮ ਭਾਈ ਆ ਗਏ ਹੈ ਬੈਟਿੰਗ ਪੇ। ਉਮੀਦ ਹੈ ਖੁਰਮ ਭਾਈ ਆਪਣੀ ਟੀਮ ਕੋ ਇੱਕ ਅੱਛਾ ਸਟੈਂਡ ਦੇਣਗੇ। 10 ਗੇਂਦੋ ਪਰ 21 ਰਨ ਦਰਕਾਰ। ਬੜਾ ਹੀ ਸਨਸਨੀ ਖੇਜ ਮੈਚ ਆ ਰਿਹਾ ਔਰ 10 ਗੇਂਦੋ ਪਰ 21 ਰਨ ਚਾਹੀਏ 18 ਜੀਡੀ ਕੀ ਟੀਮ ਕੋ ਜਿੱਤਨੇ ਕੇ ਲੀਏ। ਨਾਕਆਊਟ ਸਿਸਟਮ ਹੈ, ਅਗਰ 18 ਜੀਡੀ ਹਾਰਤੀ ਹੈ ਤੋ ਇਹ ਟੂਰਨਾਮੈਂਟ ਸੇ ਬਾਹਰ ਹੋ ਜਾਏਗੀ। ਬਿਲਕੁਲ ਐਸੇ ਹੀ ਹੈ ਜੀ, ਬਿਲਕੁਲ ਐਸੇ ਹੀ ਹੈ। ਔਰ ਕਮੈਂਟਰੀ ਬਾਕਸ ਮੇਂ ਹਮਾਰੇ ਪਾਸ ਮੌਜੂਦ ਹੈ ਖਾਵਰ ਭਾਈ। ਖਾਵਰ ਭਾਈ ਆਪ ਇਸ ਮੈਚ ਕੇ ਬਾਰੇ ਮੇਂ ਕਿਆ ਆਪਕੇ ਖਿਆਲ ਆਤੇ ਹੈਂ? ਮੈਂ ਤੋ ਯੇ ਦੇਖ ਕੇ ਮੈਚ ਬੜਾ ਖੁਸ਼ ਹੋ ਰਹਾ ਹੂੰ ਕਿ ਬੜਾ ਸਪੋਰਟਸਮੈਨਸ਼ਿਪ ਦੋਨੋ ਟੀਮੋਂ ਨੇ ਸ਼ੋ ਕੀ ਹੈ। ਬਹੁਤ ਅੱਛਾ ਮੈਚ ਜਾਰੀ ਹੈ ਔਰ ਯੇ ਫਲੱਡ ਲਾਈਟ ਟੂਰਨਾਮੈਂਟ ਹੈ ਔਰ ਇਸ ਸੇ ਪਾਕਿਸਤਾਨ ਮੇਂ ਜੈਸੇ ਮਯੂਸੀ ਫੈਲੀ ਹੋਈ ਹੈ। ਇੱਕ ਉੱਚਾ ਸ਼ਾਟ ਕੀਪਰ ਜੱਜ ਨਹੀਂ ਕਰ ਪਾ ਰਿਹਾ ਔਰ ਇਹਨਾਂ ਨੇ ਛੋੜ ਦਿਆ ਕੈਚ। ਛੋੜ ਦਿਆ ਕੈਚ, ਯੇ ਕੈਚ ਇਹਨਾਂ ਨੇ ਛੋੜ ਦਿਆ। ਇਹ ਖਤਰਨਾਕ ਬੈਟਸਮੈਨ ਥੇ ਯੇ, ये खतरनाक बैट्समैन थे जिनका ये इन्होंने कैच छोड़ा है। ये कैच इसका खमियाजा इनको भुगतना पड़ना है क्योंकि आखिरी दो ओवर का मैच है और आप देख रहे हैं कि डेढ़ ओवर बाकी रह गया है। 1.3 ओवर बाकी। मोशन है 20 रन चाहिए 9 गेंदों पे। कभी शॉट बहा दे 9 गेंदों पे 20 रन मोशन। ਮੋਸਨ ਬੈਟਿੰਗ ਕੇ ਬਸ ਆਖਰੀ ਡੇਢ ਓਵਰ ਦਾ ਮੈਚ ਰਹਿ ਗਿਆ। ਅੱਛੀ ਸ਼ਾਟ, ਉੱਚਾ ਸ਼ਾਟ, ਉੜਤਾ ਹੁਆ ਫੀਲਡਰ ਵੱਲ ਗੇਂਦ ਤੇ ਸ਼ਾਟ। ਗੇਂਦ ਗੋਲ ਦੇ ਲਾਈਨ ਤੋਂ ਬਾਹਰ। ਇਹ ਦੇਖੇ ਆਪ ਦੇਖ ਸਕਤੇ ਹੈ ਅੰਕਲ ਖਾਵਰ ਜੋ ਕਿ ਆਪਣੀ ਖੁਸ਼ੀ ਕਾ ਇਜ਼ਹਾਰ ਕਰ ਰਹੇ ਹੈ। ਬਹੁਤ ਹੀ ਆਲਾ ਸ਼ਾਟ, ਬਹੁਤ ਹੀ ਆਲਾ ਸ਼ਾਟ। ਮੋਸਨ ਨੇ ਕਮੈਂਟਰੀ ਬਾਕਸ ਮੇਂ ਹਮਾਰੇ ਸਾਥ ਮੌਜੂਦ ਹੈ ਮੋਸਨ ਜੋ ਕਿ ਕਾਫੀ ਦੇਰ ਪੇ ਕ੍ਰੀਸ ਪੇ ਖੜੇ ਥੇ ਲੇਕਿਨ ਉਨਕੇ ਬੈਟ ਪੇ ਬਾਲ ਆ ਨਹੀਂ ਰਹੀ ਥੀ ਲੇਕਿਨ ਉਨਹੇ ਅੱਛੇ ਖੇਲ ਕਾ ਮਜ਼ਾਰਾ ਕੀ ਔਰ ਇੱਕ ਬਹੁਤ ਅੱਛਾ ਸ਼ਾਟ ਲਗਾ ਕੇ ਟੀਮ ਕੀ ਜੀਤ ਕੋ ਯਕੀਨੀ ਬਣਾਉਣ ਕੀ ਪੂਰੀ ਕੋਸ਼ਿਸ਼ ਕਰਤੇ ਹੋ। ਸ਼ਾਟ, ਵੈਰੀ ਗੁੱਡ ਸ਼ਾਟ। ਰਨ ਆਊਟ ਹੋਣੇ ਕਾ ਖਤਰਾ ਲੇਕਿਨ ਫੁਰਮ ਇੱਕ ਅੱਛੇ ਬੈਟਸਮੈਨ ਹੈ, ਉਨਹੋਨੇ ਇੱਕ ਹੀ ਰਨ ਪੇ ਸਬਰ ਕਰ ਲਿਆ। ਮੈਚ ਵਾਪਸ ਆ ਗਿਆ, ਬੜੀ ਮੁਸ਼ਕਿਲ ਤੇ ਵਾਪਸ ਆਇਆ। ਮੇਰਾ ਕੈਚ ਹਟਦਾ ਉਹਦੀ ਉਹਨਾਂ ਮੈਚ ਕਰਨੇ ਹੀ। 7 ਗੇਂਦੋਂ ਪੇ 13 ਰਨ, 7 ਗੇਂਦੋਂ ਪੇ 13 ਰਨ ਚਾਹੀਏ 18 ਜਿਹੜੀ ਕੀ ਟੀਮ ਕੋ। ਆਖਰੀ ਬਾਲ ਪੇ ਫੈਸਲਾ ਹੋਗਾ, ਇਸੀ ਬਾਲ ਪੇ ਧਰ ਬੈਠੇ ਹਲਾ। ਨਹੀਂ ਜੀ ਨਹੀਂ, ਮੌਸਮ ਬਹੁਤ ਅੱਛੇ, पहले भी एक दफा रन आउट से बचे हैं इन्होंने, अपने जो है ना जान जोखों में डाल के डाइव कर रहे हैं। कीपर बेचारे ने बढ़िया 6 गेंदों पे 11 रन चाहिए सकलैन भाई। खुरम 11 रन, खुरम देख के यार अल्लाह खैर रखे तो उनके खैर करेगा। बोगला एक चंगा सुथरा आराम नाल देख के सिगरेट दे नु। ਸ਼ਾਬਾ ਸ਼ਾਬਾ, ਸਿੱਧਾ ਹੀ ਆ ਸਿੱਧਾ ਹੀ ਯਾਰ, ਇੱਥੋਂ ਨਾ ਅੱਗੇ ਪਿੱਛੇ ਹੋ ਜਾਓ ਥੋੜ੍ਹਾ ਜਿਹਾ, ਉੱਧਰ ਲੈ ਜਾ ਖਾਵਰ ਭਾਈ। ਚਾਚਾ ਤੁਸੀਂ ਉੱਧਰ ਚਲਾ, ਉੱਧਰ ਲੈ ਜਾਓ ਭਾਈ। ਭਾਈ ਤਕੀਰ, ਤਕੀਰ ਭਾਈ ਯਾਰ ਉੱਧਰ ਲੈ ਜਾ, ਉੱਧਰ ਚਲੇ ਜਾ ਖਾਵਰ। ਖਾਵਰ ਲੈ ਰਿਹਾ ਯਾਰ ਪਰਾਂ, ਪਰਾਂ ਚਲੇ ਜਾਓ ਸਾਰੇ।
खबर ला रही यार ला रहे गुजारिश है कि लोग जब लोग ऊपर तक खड़े हैं ये फील्डिंग के अंदर है तो पानी बाहर आ जाए।